ਜੀਦਾ ਟੋਲ ਪਲਾਜ਼ਾ ਤੇ ਕਿਸਾਨਾਂ ਦਾ ਇਕੱਠ ਦਿਨੋਂ ਦਿਨ ਵੱਧਦਾ ਜਾ ਰਿਹਾ ਹੈ ਤੇ ਵੱਡੇ ਇਕੱਠ ਹੋਣ ਲੱਗ ਪਏ ਹਨ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਦੇ ਬਲਾਕ ਆਗੂ ਗੁਰਪਾਲ ਸਿੰਘ ਦਿਉਣ ਨੇ ਬੋਲਦਿਆਂ ਕਿਹਾ ਕਿ ਕੇਂਦਰ ਦੀ ਸਰਕਾਰ ਪਹਿਲਾਂ ਤੋਂ ਹੀ ਪਾੜੋ ਤੇ ਰਾਜ ਕਰੋ ਦੀ ਨੀਤੀ ਅਪਣਾ ਰਹੀ ਹੈ ਤੇ ਹੁਣ ਵੀ ਅੱਧੇ ਕਿਸਾਨ ਆਗੂਆਂ ਨੂੰ ਮੀਟਿੰਗ ਵਿੱਚ ਬੁਲਾ ਕੇ ਉਹਨਾਂ ਇਹ ਸਾਬਤ ਕਰ ਦਿੱਤਾ ਹੈ ਕਿ ਉਹ ਕਿਸਾਨਾਂ ਦੇ ਸੰਘਰਸ਼ ਨੂੰ ਤਾਰ ਪੀੜੋ ਕਰਨਾ ਚਾਹੁੰਦੇ ਹਨ ਪਰ ਇਸ ਵਿੱਚ ਉਹ ਕਦੇ ਵੀ ਸਫਲ ਨਹੀਂ ਹੋਣਗੇ। ਉਹਨਾਂ ਕਿਹਾ ਕਿ ਕਿਸਾਨ ਇੱਕ ਹਨ ਅਤੇ ਹਮੇਸ਼ਾ ਇੱਕ ਹੀ ਰਹਿਣਗੇ ਅਤੇ ਅਸੀਂ ਆਪਣੇ ਇਸ ਏਕੇ ਨਾਲ ਹੀ ਇਸ ਜਿੱਤ ਨੂੰ ਪ੍ਰਾਪਤ ਕਰਾਂਗੇ। ਭਾਰਤੀ ਕਿਸਾਨ ਜਥੇਬੰਦੀ ਗਰਾਹਾ ਜਿੰਦਾਬਾਦ, ਸੈਂਟਰ ਦੀ ਭਾਜਪਾ ਸਰਕਾਰ ਮੁਰਦਾਬਾਦ। ਏਕਤਾ ਗਰਾਹਾ ਬਠਿੰਡਾ ਬਲਾਕ ਦਾ ਜਨਰਲ ਸੈਕਟਰੀ ਆ ਗੁਰਪਾਲ ਸਿੰਘ ਦਿਉਣ, ਜੋ ਕੱਲ੍ਹ 9 ਦਾ ਸੱਦਾ ਦਿੱਤਾ ਹੋਇਆ ਸੀ ਪਹਿਲਾਂ ਸੈਂਟਰ ਸਰਕਾਰ ਨੇ, 9 ਤੋਂ ਪਹਿਲਾਂ ਹੀ ਜਦੋਂ 8 ਦਾ ਸੱਦਾ ਜਥੇਬੰਦੀਆਂ ਵੱਲੋਂ ਬੰਦਦਾ ਸੀਗਾ, ਉਸ 8 ਦੇ ਸੱਦੇ 'ਚ ਹੀ ਕੁਛ ਜਥੇਬੰਦੀਆਂ ਨੂੰ ਉਹ ਜਾਣੀ ਅੱਡ ਕਰਕੇ ਆਪਦੇ ਘਰ ਬੁਲਾਇਆ। ਉਹਨਾਂ ਨੇ ਅਮਿਤ ਸ਼ਾਹ ਵਰਗੇ ਨੇ ਉਹਨਾਂ ਨਾਲ ਗੱਲਬਾਤ ਕਰੀ ਪਰ ਗੱਲਬਾਤ ਉਹ ਸਿਰੇ ਨਹੀਂ ਚੜ੍ਹੀ। ਇਸ ਕਰਕੇ ਅੱਜ 9 ਦੀ ਜਿਹੜੀ ਮੀਟਿੰਗ ਸੀ ਸੈਂਟਰ ਸਰਕਾਰ ਨਾਲ, ਉਹ ਰਿਜੈਕਟ ਕੀਤੀ ਗਈ ਹੈ। ਅੱਜ ਜਥੇਬੰਦੀਆਂ ਫਿਰ ਇਕੱਠੀਆਂ ਹੋ ਕੇ ਗਾਂਹ ਵਾਲਾ ਫੈਸਲਾ ਲੈਣਗੀਆਂ ਵੀ ਕੀ ਉਹਦਾ ਪ੍ਰੋਗਰਾਮ ਬਣਨਾ, ਕਦੋਂ ਮੀਟਿੰਗ ਦੇਣੀ ਆ, ਕਦੋਂ ਲੈਣੀ ਆ ਮੀਟਿੰਗ, ਇਹ ਸਾਰਾ ਫੈਸਲਾ ਜਥੇਬੰਦੀਆਂ। ਰਾਣੀ ਜਿਹੜੀ ਕੱਲ੍ਹ ਮੀਟਿੰਗ ਸੱਦੀ ਗਈ ਹੈ, ਉਹ ਸਾਰੀਆਂ ਜਥੇਬੰਦੀਆਂ ਨੂੰ ਸੱਦਾ ਸੀਗਾ ਜਾਂ ਆਪ ਮਾਰੇ ਸੱਦੀ ਗਈ ਆ? ਇਹ ਸਿਆਸੀ ਧਿਰਾਂ ਦੀ ਪਹਿਲਾਂ ਤੋਂ ਹੀ ਨੀਤੀ ਆ ਪਾੜੋ ਅਤੇ ਰਾਜ ਕਰੋ ਵਾਲੀ। ਜਥੇਬੰਦੀਆਂ ਨੂੰ ਅੱਧੀਆਂ ਨੂੰ ਸੁਨੇਹਾ ਲਾ ਕੇ ਉਹਨਾਂ ਨੇ ਕੋਲੇ ਬੁਲਾਇਆ ਵੀ ਸਾਰੀਆਂ ਜਥੇਬੰਦੀਆਂ ਨੂੰ, ਕਿਉਂਕਿ ਸਾਰੇ ਜਥੇਬੰਦੀਆਂ ਜਿਹੜੀਆਂ 5 ਮੀਟਿੰਗਾਂ ਪਹਿਲਾਂ ਹੋ ਚੁੱਕੀਆਂ ਉਹ ਇੱਕ ਅੜੀ 'ਤੇ ਹੀ ਰਹੀਆਂ ਵੀ ਸਾਨੂੰ ਜਿਸ ਨੂੰ ਦੱਸੋ ਸਾਡੇ ਜਿਹੜੇ ਇਹ ਲਿਆਉਂਦੇ ਆ ਆਰਡੀਨੈਂਸ ਵਾਲੇ ਫੈਸਲੇ ਇਹ ਰੱਦ ਕਰਦੇ ਆ ਤੁਸੀਂ ਕਿ ਨਹੀਂ ਕਰਦੇ, ਉਹ ਜਾਣੀ ਇੱਕ ਗੱਲ 'ਤੇ ਅੜੇ ਹੋਏ ਸੀ ਸਾਰੇ। ਇਹਨਾਂ ਨੂੰ ਇਹ ਲੱਗਿਆ ਵੀ ਕੁਛ ਜਥੇਬੰਦੀਆਂ ਨੂੰ ਅਸੀਂ ਸੱਦ ਕੇ ਕੁਛ ਨਾ ਕੁਛ ਆਪਦੇ ਹੱਕ 'ਚ ਕਰਕੇ ਜਾਣੀ ਇਹ ਜਿਹੜਾ ਤਾਰੋ ਫੀਟ ਕਰ ਦਿਆਂਗੇ, ਜਿੰਨਾ ਵੀ ਕਾਫਲਾ ਇੱਥੇ ਵੱਡਾ ਬਣ ਰਿਹਾ, ਜਿੰਨਾ ਉਤਸ਼ਾਹ ਮਿਲ ਰਿਹਾ ਜਨਤਾ ਨੂੰ। ਇਹ ਗੱਲ 'ਚ ਉਹਨਾਂ ਨੇ ਜਾਣੀ ਕੱਲ੍ਹ ਉਹਨਾਂ ਨੂੰ ਖਦੇੜਨ ਦੀ ਕੋਸ਼ਿਸ਼ ਕਰੀ ਕੁਛ, ਪਰ ਉਹ ਨਾਕਾਮ ਰਹੀ ਆ। ਅੱਜ ਫਿਰ ਜਥੇਬੰਦੀਆਂ ਨੇ ਫਿਰ ਜੋੜ ਕੇ ਗਾਂਹ ਵਾਲਾ ਫੈਸਲਾ ਜਿਹੜਾ ਲੈਣਾ ਉਹ ਜਥੇਬੰਦੀਆਂ। ਜੇ ਤੁਹਾਡੀ ਕੋਈ ਤੈਅ ਨਹੀਂ ਬੈਠਦੀ ਕਿ ਅੱਗੇ ਤੁਹਾਡਾ ਕਿੰਨਾ ਦਾ ਸੰਘਰਸ਼ ਦਾ ਰਸਤਾ ਕੀ ਹੋਏਗਾ? ਵੇਖੋ ਜੀ, ਅਸੀਂ ਆਪਦੇ ਮੋਰਚਿਆਂ 'ਚ ਜਿੱਥੇ ਪਹਿਲਾਂ ਲੱਗੇ ਹੋਏ ਮੋਰਚੇ ਸੀ, ਅੱਜ ਜਿਵੇਂ ਜੀਦੇ ਟੋਲ ਪਲਾਜ਼ੇ 'ਤੇ ਬੈਠੇ ਹਾਂ, ਸਾਨੂੰ ਮੈਸੇਜ ਉੱਧਰੋਂ ਆਉਣਾ ਸੂਬੇ ਵੱਲੋਂ, ਸੂਬੇ ਦਾ ਕੀ ਫੈਸਲਾ ਉਹ ਅਸੀਂ ਗਾਂਹ ਲਾਗੂ ਕਰਨਾ ਹੁੰਦਾ। ਹਰੇ ਦਰਅਸਲ ਸਾਨੂੰ ਇਹ ਲੱਗ ਰਿਹਾ ਹਜੇ ਵੀ ਅੱਜ ਮੀਟਿੰਗ ਜਿਹੜੀ ਚੱਲੀ ਜਾਂਦੀ ਆ, ਘੱਟੋ ਘੱਟ ਉਹ ਜਥੇਬੰਦੀਆਂ ਨੂੰ ਜ਼ਰੂਰ ਉਹਦੇ 'ਚ ਲਿਆ ਕੇ ਜਵਾਬਦੇਹ ਹੋਣਾ ਪਊਗਾ, ਜਿਹੜੇ ਜਥੇਬੰਦੀਆਂ ਆਪ ਮੁਹਾਰੇ ਜਾ ਕੇ ਸੈਂਟਰ ਸਰਕਾਰ ਮਗਰ ਲੱਗ ਕੇ, ਉਹ ਜਿਹੜਾ ਜੁੰਟ ਸੀ ਸਾਡਾ ਇਕੱਠਾ ਹੋਇਆ ਉਹਨੂੰ ਖਦੇੜਨ ਦੀ ਕਿਤੇ ਨਾ ਕਿਤੇ ਕੋਸ਼ਿਸ਼ ਕਰੀ ਆ ਜਿਹੜੀ ਸੈਂਟਰ ਸਰਕਾਰ ਨੇ, ਨਾਲੇ ਤਾਂ ਉਹਨੂੰ ਫਿਟੇ ਮਿਲੂਗੀ, ਨਾਲੇ ਕੁਛ ਜਥੇਬੰਦੀਆਂ ਜਿਹੜੀਆਂ ਉਹ ਵੀ ਜਵਾਬਦੇਹ ਹੋਣਗੀਆਂ, ਉਹ ਦੱਸਣਗੀਆਂ ਵੀ ਇਹ ਜਥੇਬੰਦੀਆਂ ਦੂਜੀਆਂ ਨੂੰ ਛੱਡ ਕੇ ਤੁਸੀਂ ਵੱਖ ਹੋ ਕੇ ਕਿਉਂ ਸੈਂਟਰ ਸਰਕਾਰ ਦੇ ਸੱਦੇ 'ਤੇ ਉਹਨਾਂ ਕੋਲ ਗਏ? ਜੇ ਸਰਕਾਰ ਦੁਬਾਰੇ ਮੀਟਿੰਗ ਸੱਦਦੀ ਆ ਉਹਦੇ ਬਾਰੇ ਤੁਹਾਡਾ ਕੀ ਰਿਐਕਸ਼ਨ ਹੋਊਗਾ ਜੀ? ਉਹਦੇ ਬਾਰੇ ਤਾਂ ਇਹੀ ਹੈ ਜੀ, ਜਿਹੜੀ ਹੁਣ ਮੀਟਿੰਗ ਦਾ 9 ਦਾ ਸੱਦਾ ਆਇਆ ਹੋਇਆ ਸੀ ਪਹਿਲਾਂ, ਇਹ ਜਥੇਬੰਦੀਆਂ ਨੇ ਐਲਾਨ ਕਰਤਾ ਸੀ ਉੱਦਾਂ ਹੀ ਵੀ ਸਾਨੂੰ ਜਿਸ ਨੂੰ ਉਹਦਾ ਦੱਸਿਓ ਵੀ ਜਾਂ ਤਾਂ ਇਹ ਰਿਜੈਕਟ ਕਰਦੇ ਆ ਤੁਸੀਂ ਜਿੰਨੇ ਵੀ ਆਰਡੀਨੈਂਸ ਜਾਰੀ ਕਰੇ ਆ, ਜਾਂ ਕੀ ਕਰਦੇ ਆ, ਇਹਦਾ ਸਾਨੂੰ ਫਾਈਨਲ ਹੋਣਾ ਚਾਹੀਦਾ, ਕਿਉਂਕਿ ਲਗਾਤਾਰ ਮੀਟਿੰਗਾਂ ਹੋ ਰਹੀਆਂ, ਉਹਦੇ 'ਚ ਕੁਛ ਨਹੀਂ ਹਜੇ ਤਾਂ ਨਿਬੜਿਆ। ਜੇ ਹਜੇ ਵੀ ਨਾ ਕੁਛ ਨਿਬੜਿਆ ਫਿਰ ਗਾਂਹ ਅਗਲੀ ਰਣਨੀਤੀ ਜਥੇਬੰਦੀਆਂ ਕਰਨਗੀਆਂ, ਕੋਲੇ ਦਿੱਲੀ ਬੈਠੀਆਂ ਸਾਰੇ ਕਾਫਲੇ ਵੱਡੇ, ਉਹਨਾਂ ਦੇ ਫੈਸਲਾ ਹੱਥ 'ਚ ਆ, ਜਿਵੇਂ ਸਾਨੂੰ ਮੈਸੇਜ ਆਊਗਾ ਉਹ ਇੱਥੋਂ ਅਸੀਂ ਲਾਗੂ ਕਰਨਾ ਚਾਹੁੰਦੇ। ਬਠਿੰਡਾ ਸਰਗਰਮੀਆਂ ਦੇਖਣ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਬੈਲ ਆਈਕਨ ਦਾ ਬਟਨ ਦਬਾਓ ਅਤੇ ਲਾਈਕ ਕਰੋ।